ਗੁੱਡ ਈਵਨਿੰਗ ਜੀ ਸਵਾਗਤ ਹੈ ਤੜਤੜੇ ਆਪਣੇ ਚੈਨਲ ਐਮਐਸਡਬਲਿਊ ਸਟਡੀ ਫਾਰ ਜੋਬ ਦੇ ਵਿੱਚ ਹਾਜ਼ਰ ਹੋਏ ਆ ਇੱਕ ਪਬਲਿਕ ਨੋਟਸ ਲੈ ਕੇ ਜੋ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਵੈਕੈਂਸੀ ਜਿਹੜੀ ਆਊਟ ਹੋਈ ਹੈ ਜੋ ਕਿ ਸਿੱਧੀ ਇੰਟਰਵਿਊ ਰਾਹੀਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਔਰ ਕੋਈ ਪੇਪਰ ਐਗਜ਼ਾਮ ਨਹੀਂ ਰੱਖਿਆ ਗਿਆ ਔਰ ਤੁਸੀਂ ਦੇਖ ਸਕਦੇ ਹੋ ਕੋਈ ਫੀਸ ਨਹੀਂ ਹੋ ਕੋਈ ਫਾਰਮ ਨਹੀਂ ਫਿਲ ਕਰਨਾ ਹੋਏਗਾ ਗੱਲ ਕੀਤੀ ਜਾਊਗੀ ਇਸ ਪੋਸਟ ਦੀ ਦੇਖ ਸਕਦੇ ਹੋ ਪੰਜਾਬ ਸਟੇਟ एड्स कंट्रोल सोसाइटी ਬਲੋ ਜਿਹੜੀ ਵੈਕੈਂਸੀ ਦਿੱਤੀ ਗਈ ਹੈ ਔਰ ਇਸ ਵੈਕੈਂਸੀ ਲਈ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਪੂਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਔਰ ਇਸ ਪੋਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾ ਪੋਸਟ ਹੋਏਗੀ ਟੈਕਨੀਕਲ ਆਫੀਸਰ ਦੀ ਪੋਸਟ ਹੋਏਗੀ ਇੱਕ ਹੀ ਪੋਸਟ ਹੋਏਗੀ ਔਰ एलिजिबिलिटी ਕੁਆਲਿਫਿਕੇਸ਼ਨ এজ ਕੀ ਰਹੇਗੀ ਔਰ ਇਸ ਲਈ ਜੋ ਕੁਆਲਿਫਿਕੇਸ਼ਨ ਹੋਏਗੀ ਐਮ ਐਸ ਸੀ ਇਨ ਦਾ ਮੈਡੀਕਲ ਦੇ ਵਿੱਚ ਜਿਹੜੀ ਕੀਤੀ ਹੈਗੀ ਹੈ ਵਾਇਰੋਲੋਜੀ ਔਰ ਮਾਈਕਰੋਬਾਇਓਲੋਜੀ ਔਰ ਬਾਇਓਟੈਕਨੋਲੋਜੀ ਲਾਈਫ ਸਾਇੰਸ ਦੇ ਵਿੱਚ ਹੈਗੀ ਹੈ ਤਾਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 2 ਸਾਲ ਦਾ ਐਕਸਪੀਰੀਅੰਸ ਤੇ ਮੰਗਿਆ ਗਿਆ ਔਰ 30000 ਪਰਮਾ ਤੁਹਾਨੂੰ ਇਸੇ ਸੈਲਰੀ ਦਿੱਤੀ ਜਾਏਗੀ اور ਇੰਟਰਵਿਊ ਹੋਏਗੀ ਸਿੱਧੀ 2 12 2019 ਨੂੰ 2 ਦਸੰਬਰ ਨੂੰ ਤੁਹਾਡੀ ਇੰਟਰਵਿਊ ਹੋਏਗੀ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਪ੍ਰਯਾਜ਼ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਲੈਵਲ 4th ਸੈਕਟਰ 38B ਦੇ ਵਿੱਚ ਚੰਡੀਗੜ੍ਹ ਵਿੱਚ 9 ਤੋਂ 10 ਵਜੇ ਤੱਕ ਇੰਟਰਵਿਊ ਚੱਲੇਗੀ ਔਰ ਅਗਲੀ ਪੋਸਟ ਹੈਗੀ ਹੈ ਟੈਕਨੀਕਲ ਆਫੀਸਰ ਦੀ ਪੋਸਟ ਹੈਗੀ ਹੈ ਇੱਕ ਹੀ ਪੋਸਟ ਹੋਏਗੀ ਔਰ ਇਸ ਦੇ ਵਿੱਚ ਜਿਹੜਾ ਮੈਡੀਕਲ ਗ੍ਰੈਜੂਏਟ ਐਮਬੀਬੀਐਸ ਵਿਦ ਅ 2 ਇਅਰ ਐਕਸਪੀਰੀਅੰਸ ਲੈਬਰਾਟਰੀ ਐਕਸਪੀਰੀਅੰਸ ਦੇ ਵਿੱਚ ਮੰਗਿਆ ਗਿਆ ਔਰ ਗੱਲ ਕੀਤੀ ਜਾਵੇ ਐਮਐਸਸੀ ਇਨ ਦਾ ਮੈਡੀਕਲ ਦੇ ਵਿੱਚ ਕੀਤੀ ਆ ਮਾਈਕਰੋਬਾਇਓਲੋਜੀ ਜਾਂ ਬਾਇਓਟੈਕਨੋਲੋਜੀ ਲਾਈਫ ਸੈਂਸ ਦੇ ਵਿੱਚ ਹੈਗੀ ਆ ਇਸਪੋਸਿਬਲੀ ਅਪਲਾਈ ਕਰ ਸਕਦਾ 2 ਸਾਲ ਦਾ ਐਕਸਪੀਰੀਅੰਸ ਦੇ ਵਿੱਚ ਮੰਗਿਆ ਔਰ 25000 ਪਰੰਤ ਨੂੰ ਪੇ ਮਿਲੇਗੀ ਔਰ ਸੇਮ ਜਿਹੜੀ ਡੇਟ ਰਹੇਗੀ ਔਰ ਸੇਮ ਹੀ ਜਿਹੜਾ ਵੈਨਿਊ ਰਹੇਗਾ ਇੰਟਰਵਿਊ ਦਾ ਅਗਲੀ ਪੋਸਟ ਜਿਹੜੀ ਲੈਬ ਟੈਕਨੀਕਲ ਟੈਕਨੀਸ਼ੀਅਨ ਦੀ ਪੋਸਟ ਹੈਗੀ ਆ ਔਰ ਇੱਕ ਹੀ ਪੋਸਟ ਹੋਏਗੀ ਔਰ बीएससी ਬਾਇਓਟੈਕਨੋਲੋਜੀ ਦੇ ਵਿੱਚ ਕੀਤੀ ਹੈ ਔਰ ਗ੍ਰੈਜੂਏਟ ਇਨ ਦਾ ਮੈਡੀਕਲ ਲੈਬਰਾਟਰੀ ਟੈਕਨੋਲੋਜੀ ਦੇ ਵਿੱਚ ਹੈਗੀ ਆ ਤਾਂ ਇਸ ਪੋਸਟ ਲਈ ਅਪਲਾਈ ਕਰਦੇ ਡਿਪਲੋਮਾ ਇਨ ਮੈਡੀਕਲ ਲੈਬਰਾਟਰੀ ਟੈਕਨੋਲੋਜੀ ਦੇ ਵਿੱਚ ਵੀ ਚੱਲ ਜਾਏਗਾ ਤੁਹਾਡਾ ਔਰ 20 ਹਰ ਪਰਮਨਤ ਨੂੰ ਸੈਲਰੀ ਮਿਲੇਗੀ ਔਰ 5 ਤਰੀਕ ਨੂੰ ਜਿਹੜੀ 5 ਦਸੰਬਰ ਨੂੰ ਜਿਹੜੀ ਇੰਟਰਵਿਊ ਹੋਏਗੀ ਸੇਮ ਹੀ ਵੈਨਿਊ ਰਹੇਗਾ ਔਰ 9 ਤੋਂ 10 ਤੱਕ ਇੰਟਰਵਿਊ ਚੱਲੇਗੀ ਟਾਈਮ ਔਰ ਅਗਲੀ ਪੋਸਟ ਹੈਗੀ ਹੈ ਕਾਉਂਸਲਰ ਦੀ ਪੋਸਟ ਹੈਗੀ ਹੈ ਦੋ ਪੋਸਟ ਹੋਏਗੀ ਤੁਸੀਂ ਦੇਖ ਸਕਦੇ ਹੋ ਔਰ ਬੁਆਏਜ਼ ਐਂਡ ਗਰਲਜ਼ ਦੋਨੋ ਹੀ ਜਿਹੜੇ ਅਪਲਾਈ ਕਰ ਸਕਦੇ ਆ ਔਰ ਮਾਸਟਰ ਡਿਗਰੀ ਇਨ ਦਾ ਸੋਸ਼ਲ ਵਰਕਸ ਦੇ ਵਿੱਚ ਜਿਹੜਾ ਹੈਗੀ ਐ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਔਰ 13000 ਪਰ ਮਨਸ ਨੂੰ ਸੈਲਰੀ ਦਿੱਤੀ ਜਾਏਗੀ ਔਰ 6 ਤਰੀਕ ਨੂੰ ਜਿਹੜੀ ਇੱਥੇ ਇੰਟਰਵਿਊ ਰੱਖੀ ਗਈ ਆ ਔਰ 6 ਦਸੰਬਰ ਨੂੰ ਔਰ ਗਲਤੀ ਕੀਤੀ ਹੋਵੇ ਤਾਂ ਇਸ ਪੋਸਟ ਲਈ ਸਿੱਧੀ ਹੀ ਇੰਟਰਵਿਊ ਤੁਸੀਂ ਦੇ ਸਕਦੇ ਹੋ ਇਹਨਾਂ ਦੇ ਦਿੱਤੇ ਐਡਰੈਸ ਤੇ ਜਾ ਕੇ ਔਰ ਕੋਈ ٹی ਏ ਡੀ ਤੁਹਾਨੂੰ ਇੰਟਰਵਿਊ ਤੇ ਜਾਣ ਲਈ ਨਹੀਂ ਦਿੱਤਾ ਜਾਏਗਾ ਠੀਕ ਆ ਜੀ ਆਸਕੇ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਮੈ Thank you so much. Take care. Bye bye. Good night.